ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਮਿਤੀ 12 9 2020 ਕਲਾਸ 9ਵੀਂ ਇਤਿਹਾਸ ਚਮਤ 9ਵੀਂ ਪਾਠ 6ਾ ਰੂਸ ਦੀ ਕ੍ਰਾਂਤੀ ਬੋਲਸ਼ਵਿਕ ਪਾਰਟੀ ਦਾ ਨਾਮ ਬਦਲ ਕੇ ਰੂਸੀ ਕਮਿਊਨਿਸਟ ਪਾਰਟੀ ਰੱਖ ਦਿੱਤਾ ਗਿਆ 1917 ਈਸਵੀ ਵਿੱਚ ਸੰਵਿਧਾਨ ਸਭਾ ਲਈ ਚੋਣਾਂ ਹੋਈਆਂ ਬੋਲਸ਼ਵਿਕਾਂ ਨੂੰ ਬਹੁਮਤ حاصل ਨਹੀਂ ਹੋਇਆ ਮਾਰਚ 1918 ਇਸਵੀ ਵਿੱਚ ਰਾਜਨੀਤਿਕ ਸਹਿਯੋਗੀਆਂ ਦੇ ਵਿਰੁੱਧ ਦੇ ਬਾਵਜੂਦ ਬੋਲਸ਼ਵਿਕਾਂ ਨੇ ਜਰਮਨੀ ਨਾਲ ਸੰਧੀ ਕਰ ਲਈ ਅਤੇ ਚੋਣਾਂ ਵਿੱਚ ਭਾਗ ਲੈਣ ਵਾਲੀ ਇੱਕੋ ਪਾਰਟੀ ਰਹਿ ਗਈ ਇਸ ਦੇ ਨਾਲ ਹੀ ਰੂਸ ਇੱਕ ਪਾਰਟੀ ਦੇ ਰਾਜ ਵਾਲਾ ਦੇਸ਼ ਬਣ ਗਿਆ ਬੋਲਸ਼ਵਿਕਾਂ ਨੇ ਤਬਦੀਲੀਆਂ ਨਾਲ ਸੰਬੰਧਿਤ ਵਿਚਾਰਾ ਦਾ ਪ੍ਰਵਦਾ ਦਾ ਨਾਮ ਦੀ ਅਖਬਾਰ ਰਾਹੀ ਪ੍ਰਚਾਰ ਕੀਤਾ ਜੋ ਉਧਰੋਕੋ ਕਿਸਾਨਾਂ ਨੂੰ ਖੇਤ ਦਿਓ ਅਤੇ ਗਰੀਬਾਂ ਨੂੰ ਰੋਟੀ ਦਿਓ ਇਹ ਆਵਾਜ਼ ਪੂਰੇ ਰੂਸ ਵਿੱਚ ਗੂੰਜੀ ਬੋਲਸ਼ਵਿਕਾਂ ਦੇ ਰੂਸ ਤੇ ਨਿਰੰਤਰਣ ਕਰਨ ਤੋਂ ਬਾਅਦ ਕਈ ਬਦਲਾ ਲਿਆਂਦੇਗੇ ਪ੍ਰਸ਼ਨ ਪਹਿਲਾ ਬੋਲਸ਼ਵਿਕ ਪਾਰਟੀ ਨੂੰ ਨਮਨ ਨਾਮ ਕੀ ਦਿੱਤਾ ਗਿਆ ਸੀ ਡੂਮਾ ਰੂਸੀ ਕਮਿਊਨਿਸਟ ਪਾਰਟੀ ਮੋਨਸ਼ਵਿਕ ਪਾਰਟੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਉੱਤਰ ਰੂਸੀ ਕਮਿਊਨਿਸਟ ਪਾਰਟੀ ਪ੍ਰਸ਼ਨ ਦੂਜਾ ਬੋਲਸ਼ਵਿਕ ਨੇ ਜਰਮਨੀ ਨਾਲ ਸੰਧੀ ਕਦੋਂ ਕੀਤੀ ਮਾਰਚ 1918 ਮਾਰਚ 1917 ਮਾਰਚ 1916 ਮਾਰਚ 1914 ਉੱਤਰ ਮਾਰਚ 1918 ਸ਼ੰਤੀ ਜਾ ਸਾਡੇ ਸੁਤੰਤਰਤਾ ਸੰਗਾਰਮੀਆਂ ਨੇ ਲੋਕਾਂ ਦੇ ਵਿੱਚ ਰਾਸ਼ਟਰੀ ਭਾਵਨਾ ਪੈਦਾ ਕਰਨ ਲਈ ਕੀ ਸੰਦੇਸ਼ ਦਿੱਤੇ ਬੋਲਸ਼ਵੀ ਕਾ ਦੇ ਸਮੇਂ ਵਿੱਚ ਕਿਹੜੇ ਸੰਦੇਸ਼ ਦਿੱਤੇ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਜੋ ਜੋਦਰੋ ਕੋ ਕਿਸਾਨਾਂ ਨੂੰ ਖੇਤ ਦਿਓ ਗਰੀਬਾਂ ਨੂੰ ਰੋਟੀ ਦਿਓ ਉਪਰੋਕਤ ਸਾਰੇ ਉੱਤਰ ਉਪਰੋਕਤ ਸਾਰੇ ਪ੍ਰਸ਼ਨ ਚੌਥਾ ਜੁੱਧ ਰੋਕੋ ਕਿਸਾਨਾਂ ਨੂੰ ਖੇਤ ਦਿਓ ਅਤੇ ਗਰੀਬਾਂ ਨੂੰ ਰੋਟੀ ਦਿਓ ਇਹ ਵਿਚਾਰ ਕਿਸ ਅਖਬਾਰ ਰਾਹੀਂ ਫੈਲਾਏ ਗਏ ਅਜੀਤ ਜਗ ਪਾਣੀ ਪ੍ਰਵਦਾ ਦਾ ਟ੍ਰਿਬਿਊਨ ਉੱਤਰ ਪ੍ਰਵਦਾ ਪ੍ਰਸ਼ਨ ਪੰਜਵਾਂ ਕਿਹੜਾ ਦੇਸ਼ ਇੱਕ ਪਾਰਟੀ ਦੇ ਰਾਜ ਵਾਲਾ ਦੇਸ਼ ਬਣ ਗਿਆ ਜਰਮਨੀ ਰੂਸ ਜਾਪਾਨ ਅਮਰੀਕਾ ਉੱਤਰ ਰੂਸ ਤਾਨਵਾਦ